ਜ਼ੀਰਾ ਦੇ ਹਲਕਾ ਮੱਲਾਂਵਾਲਾ ਪੁਲਿਸ ਦੁਆਰਾ ਮੁਸਤੈਦੀ ਦਿਖਾਉਂਦੇ ਹੋਏ ਮੁਖਬਰ ਖਾਸ ਦੀ ਇਤਲਾਹ 'ਤੇ ਬੀਤੀ ਰਾਤ ਖੋਸਾ ਦਲਸੰਘ ਵਿਖੇ ਰੇਡ ਕੀਤੀ, ਜਿੱਥੇ ਦੋ ਦੋਸ਼ੀਆਂ ਹਰਪ੍ਰੀਤ ਸਿੰਘ ਅਤੇ ਹੈਰੀ ਨੂੰ ਇੰਡੀਕਾ ਕਾਰ ਸਮੇਤ ਕਾਬੂ ਕੀਤਾ, ਜਿਸ ਵਿੱਚ ਤਲਾਸ਼ੀ ਦੌਰਾਨ ਇਹਨਾਂ ਪਾਸੋਂ 170 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 75 ਲੱਖ ਬਣਦੀ ਹੈ, ਅਤੇ ਇਸ ਦੇ ਨਾਲ 40,000 ਦੀ ਡਰੱਗ ਮਨੀ, ਇੱਕ ਕੰਪਿਊਟਰ ਕੰਡਾ ਵੀ ਬਰਾਮਦ ਕੀਤਾ ਹੈ। ਥਾਣਾ ਮੱਲਾਂਵਾਲਾ ਦੇ SHO ਬਲਰਾਜ ਸਿੰਘ ਨੇ ਦੱਸਿਆ, ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਜਾਵੇਗਾ ਅਤੇ ਤਫਤੀਸ਼ ਤੋਂ ਬਾਅਦ ਹੋਰ ਖੁਲਾਸੇ ਹੋਣ ਦੀ ਉਮੀਦ ਕੀਤੀ ਹੈ। ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ। ASI ਜਸਵਿੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸੰਬੰਧ ਵਿੱਚ ਥਾਣਾ ਏਰੀਆ ਵਿੱਚ ਸੀ ਕਿ ਉਹਨਾਂ ਪਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਹਰਪ੍ਰੀਤ ਸਿੰਘ ਏਰੀਆ ਸਹਿਰੀ ਅਤੇ ਵਾਰਸ ਦੋਨੋਂ ਹੈਰੋਇਨ ਵੇਚਣ ਦੇ ਆਦੀ ਆ ਅਤੇ ਅੱਜ ਵੀ ਹੈਰੋਇਨ ਵੇਚਣ ਲਈ ਖੁੱਸਾ ਦਲ ਸਿੰਘ ਦੀ ਤਰਫੋਂ ਅੰਡੀਕਾ ਕਾਰ 'ਤੇ ਆ ਰਿਹਾ। ਇਤਲਾਹ ਠੋਸ ਹੋਣ 'ਤੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਅਤੇ ਅਗਲੀ ਕਾਰਵਾਈ ਲਈ ASI ਅਵਨੀਤ ਸਿੰਘ ਨੂੰ ਭੇਜਿਆ ਗਿਆ, ਜਿਸ ਨੇ ਇਹਨਾਂ ਉਕਤ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 170 ਗ੍ਰਾਮ ਹੈਰੋਇਨ, 40,000 ਰੁਪਏ ਡਰੱਗ ਮਨੀ ਸਮੇਤ ਕੰਪਿਊਟਰ ਕੰਡਾ ਅਤੇ ਅੰਡੀਕਾ ਕਾਰ ਬਰਾਮਦ ਕੀਤੀ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ, ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।